ਹੈਲੋ, ਸਤਿ ਸ਼੍ਰੀ ਅਕਾਲ ਜੀ ਸਾਰੇ ਵਿਊਜ਼ ਨੂੰ, ਐਂਡ ਵੈਲਕਮ ਟੂ ਮਾਈ ਚੈਨਲ ਮਿਊਜ਼ਿਕ ਗੁਰੂ। ਅਤੇ ਅੱਜ ਆਪਾਂ ਸੌਂਗ ਸਿੱਖਾਂਗੇ ਜੀ ਮਾਸਟਰ ਸਲੀਮ ਜੀ ਦਾ। ਠੀਕ ਹੈ ਜੀ, ਮੇਰਾ ਪੀਰ ਜਾਣੇ ਮੇਰੀ ਪੀੜ ਉਹ ਜਾਣੇ ਨਾ। ਅਤੇ ਪਹਿਲਾਂ ਮੈਂ ਤੁਹਾਨੂੰ ਸਿੰਪਲ ਗਾ ਕੇ ਦੱਸੂਗਾ, ਆਫਟਰ ਦੈਟ ਤੁਹਾਨੂੰ ਮੈਂ ਸਰਗਮਾਂ ਦੱਸੂਗਾ ਇਸ ਦੀਆਂ, ਜਿੱਦਾਂ ਮੈਂ ਉੱਪਰ ਸਕਰੀਨ 'ਤੇ ਇੱਥੇ ਸਰਗਮਾਂ ਦਊਂਗਾ। ਠੀਕ ਹੈ ਜੀ, ਉੱਦਾਂ ਤੁਹਾਨੂੰ ਹੋਰ ਸਿੰਪਲ ਲੱਗੂਗਾ। ਆਫਟਰ ਦੈਟ ਤੁਹਾਨੂੰ ਮੈਂ ਇੱਕ ਫਿੰਗਰ ਨਾਲ ਵੀ ਦੱਸੂਗਾ ਕਿ ਕਿੱਦਾਂ ਇਹ ਪਲੇ ਕਰਨਾ। ਠੀਕ ਹੈ ਜੀ, ਇਸ ਗਾਣੇ ਦੀ ਸਾਰੀ ਡਿਟੇਲ ਦਊਂਗਾ। ਐਂਡ ਹੁਣ ਆ ਜੋ, ਆਪਾਂ ਪਹਿਲਾਂ ਇੱਕ ਵਾਰੀ ਵਜਾ ਕੇ ਦੇਖਦੇ ਹਾਂ ਕਿ ਇਹ ਕਿੱਦਾਂ ਪਲੇ ਹੋਣਾ ਗਾ। ਨੈਣਾਂ ਦੇ ਨੈਣਾਂ ਦੇ ਹਰਫ ਪੜਾਂ ਕਿਵੇਂ, ਦਿਲ ਤੇ ਲਿਖੀਆਂ ਵਖਾਵਾਂ ਕਿਵੇਂ, ਇਹਨਾਂ ਸੋਚਾਂ ਵਿੱਚ ਰਹਿਣਾ ਦਿਲ ਨੂੰ ਅਕਸਰ ਕਹਿਣਾ, ਜਿਹੜੀ ਇਸ਼ਕ 'ਚ ਚੱਲਦੀ ਹੈ ਉਹਦੇ ਰੰਗ ਵਿੱਚ ਢਲਦੀ ਹੈ, ਉਹ ਨਬਜ਼ ਪਛਾਣੇ ਨਾ। ਮੇਰਾ ਪੀਰ ਜਾਣੇ ਮੇਰੀ ਪੀਰ ਉਹ ਜਾਣੇ ਨਾ, ਉਹ ਜਾਣੇ ਨਾ। ਠੀਕ ਹੈ ਜੀ, ਪਹਿਲਾਂ ਮੈਂ ਤੁਹਾਨੂੰ ਇੰਨਾ ਕੁ ਦੱਸਦਾ, ਐਂਡ ਆਫਟਰ ਦੈਟ ਮੈਂ ਤੁਹਾਨੂੰ ਇਹਦਾ ਨੈਕਸਟ ਬਾਰੇ ਦੱਸੂ। ਪਹਿਲਾਂ ਇੰਨਾ ਕੁ ਸਮਝੋ ਕਿ ਕਿੱਦਾਂ ਪਲੇ ਹੋਣਾ। ਨੈਣਾਂ ਦੇ, ਮੈਂ ਤੁਹਾਨੂੰ ਆਹ ਉੱਪਰ ਜੋ ਉੱਪਰ ਜੋ ਸਕਰੀਨ ਦਿੱਤੀ ਹੋਈ ਹੈ ਇਹਦੇ ਵਿੱਚ ਸਰਗਮਾਂ ਦਿੱਤੀਆਂ ਹੋਈਆਂ ਮੈਂ ਤੁਹਾਨੂੰ। ਠੀਕ ਹੈ ਜੀ, ਇਹਦੇ ਵਿੱਚ ਸਰਗਮਾਂ, ਹੁਣ ਪਹਿਲਾਂ ਮੈਂ ਤੁਹਾਨੂੰ ਇਹਨਾਂ ਸਰਗਮਾਂ ਬਾਰੇ ਦੱਸ ਦੇਵਾਂ ਜੋ ਮੈਂ ਕੈਪੀਟਲ ਵਿੱਚ ਲਿਖਿਆ ਹੋਇਆ। ਠੀਕ ਹੈ ਜੀ, ਜੋ ਸਰਗਮ ਜੋ ਸੁਰ ਦੇ ਪਹਿਲਾਂ ਮੈਂ ਕੈਪੀਟਲ 'ਚ, ਯਾਨੀ ਆਪਾਂ ਇੱਥੇ ਪਹਿਲਾਂ ਰੇ ਲੱਗਣਾ, ਜੋ ਮੈਂ ਉਹਦੇ ਵਿੱਚ ਆਰ ਪਾਇਆ, ਆਰ ਉਹ ਮੈਂ ਕੈਪੀਟਲ 'ਚ ਪਾਇਆ, ਉਹ ਕੈਪੀਟਲ ਦਾ ਮਤਲਬ ਕਿ ਇਹ ਤੀਬਰ ਲੱਗਣਾ ਸੁਰ। ਠੀਕ ਹੈ ਜੀ, ਜਿਹੜਾ ਦੂਸਰਾ ਹੋਊਗਾ ਉਹ ਕੋਮਲ ਹੋਊਗਾ, ਜਿਹੜਾ ਮੈਂ ਸਮੋਲ ਲੈਟਰ ਵਿੱਚ ਪਾਇਆ। ਠੀਕ ਹੈ ਜੀ, ਜੇ ਸੁਰ ਮੂਰੇ ਸਮੋਲ ਲੱਗਿਆ ਉਹ ਕੋਮਲ ਹੋਊਗਾ। ਠੀਕ ਹੈ ਜੀ, ਠੀਕ ਹੈ ਜੀ, ਹੁਣ ਪਹਿਲਾਂ ਆਪਾਂ ਇੱਥੋਂ ਸਟਾਰਟ ਕਰਾਂਗੇ। ਆਪਣਾ ਸੌਂਗ ਸਟਾਰਟ ਹੋਊਗਾ ਨੈਣਾ ਦੇ ਨੈਣਾ ਦੇ ਹਰਫ ਪੜਾਵਾਂ ਕਿਵੇਂ। ਠੀਕ ਹੈ ਜੀ, ਉਹ ਆਪਾਂ ਹੁਣ ਕਿੱਦਾਂ ਪਲੇ ਕਰਾਂਗੇ। ਦੇਖੋ, ਜੋ ਆਰ ਐਂਡ ਸੋਰੀ ਰੇ ਐਂਡ ਪਾ, ਉਹ ਮੈਂ ਉਹਨਾਂ ਦੋਨਾਂ ਦੇ ਜੋ ਅੱਗੇ ਆਰ ਲਾਇਆ ਐਂਡ ਪੀ ਲਾਇਆ ਉਹ ਦੋਨੋਂ ਕੈਪੀਟਲ ਆ, ਯਾਨੀ ਉਹ ਦੋਨੋਂ ਤੀਬਰ ਲੱਗਣਗੇ। ਠੀਕ ਹੈ ਜੀ, ਮੇਰਾ ਸੋਰੀ ਨੈਣਾ ਦੇ ਜੋ ਨੈਣਾ ਨੈਣਾ ਰੇ ਐਂਡ ਪਾ, ਨੈਣਾ ਰੇ ਐਂਡ ਪਾ 'ਤੇ ਆਊਗਾ, ਨੈਣਾ ਦੇ ਵੀ ਪਾ 'ਤੇ ਆਊਗਾ, ਨੈਣਾ ਦੇ ਹਰਫ ਪੜਾਵਾਂ ਕਿਵੇਂ, ਦਿਲ ਤੇ ਲਿਖੀਆਂ ਦਖਾਵਾਂ ਕਿਵੇਂ, ਇਹਨਾਂ ਸੋਚਾਂ ਵਿੱਚ ਇਹਨਾਂ ਤਿੰਨਾਂ 'ਤੇ ਮੈਂ ਰੇ ਲਿਖਿਆ ਹੋਇਆ। ਠੀਕ ਹੈ ਜੀ, ਇਹਨਾਂ ਤਿੰਨਾਂ 'ਤੇ ਰੇ ਹੀ ਲੱਗੂਗਾ। ਇਹਨਾਂ ਸੋਚਾਂ ਵਿੱਚ ਰਹਿਣਾ ਦਿਲ ਨੂੰ ਅਕਸਰ ਕਹਿਣਾ ਹਾਂ। ਠੀਕ ਹੈ ਜੀ, ਜੋ ਆਪਾਂ ਲਿਖਣਾ ਇੱਥੇ ਦਿਲ ਨੂੰ ਅਕਸਰ ਕਹਿਣਾ ਹਾਂ, ਉਹਦੇ 'ਤੇ ਤਿੰਨਾਂ 'ਤੇ ਸਾ ਲੱਗੂਗਾ, ਦਿਲ ਨੂੰ ਅਕਸਰ। ਠੀਕ ਹੈ ਜੀ, ਇਹਨਾਂ ਤਿੰਨਾਂ 'ਤੇ ਸਾ ਲੱਗੂਗਾ, ਦਿਲ ਨੂੰ ਅਕਸਰ ਕਹਿਣਾ ਹਾਂ। ਠੀਕ ਹੈ ਜੀ, ਇਹਨਾਂ ਤਿੰਨ ਆਹ ਹੋ ਗਿਆ, ਕਹਿਣਾ ਹਾਂ, ਜਿਹੜੀ ਇਸ਼ਕ 'ਚ ਇਹਨਾਂ 'ਤੇ ਰੇ ਲੱਗੂਗਾ, ਜਿਹੜੀ ਇਸ਼ਕ 'ਚ ਚੱਲਦੀ ਹੈ ਹੈ ਤੇ ਰੇ ਐਂਡ ਸਾ, ਉਹਦੇ ਰੰਗ ਵਿੱਚ ਢਲਦੀ ਹੈ। ਜੋ ਨੀ ਨੀ ਦੇ ਉੱਪਰ ਮੈਂ
ਡਬਲ ਕੋਮਾ ਉੱਪਰਲੇ ਪਾਸੇ ਲਾਇਆ ਹੋਇਆ ਇੱਧਰਲੀ ਸਾਈਡ, ਠੀਕ ਹੈ ਜੀ, ਯਾਨੀ ਉਹ ਮੰਦਰ ਸਪਤਕ ਦਾ ਨਹੀਂ ਆ, ਠੀਕ ਹੈ ਜੀ, ਮੰਦਰ ਸਪਤਕ ਦਾ ਹੈ ਜੀ। ਆ ਹੋ ਗਿਆ ਹੁਣ ਇੱਦੋਂ ਮਗਰੋਂ ਜੋ ਆਪਾਂ ਉਹ ਜਾਣੇ ਨਾ ਇੱਧਰ ਬਿਲਕੁਲ ਉਹ ਤਾਂ ਹੋ ਗਿਆ ਬਿਲਕੁਲ ਨੀਵਾਂ ਹੋ ਗਿਆ। ਆਫਟਰ ਦੈਟ ਆਪਾਂ ਉਹ ਉੱਚੇ ਸੁਰ ਇੱਥੋਂ ਉਹ ਜਾਣੇ ਨਾ ਇੱਦੋਂ ਆਪਾਂ ਇੱਥੋਂ ਚੱਕਣਾ ਉਹ ਜਾਣੇ ਨਾ, ਠੀਕ ਹੈ ਜੀ। ਆਹ ਹਾਈ ਨੋਟ ਦੇ ਤੁਹਾਨੂੰ ਮੈਂ ਦੇ ਦਿੱਤੇ ਉਹ ਜਾਣੇ ਨਾ, ਠੀਕ ਹੈ ਜੀ। ਨੈਕਸਟ ਅੱਖੀਆਂ ਦੇ ਸਾਹਮਣੇ ਉਹਨੂੰ ਰੱਖਦਾ ਹਾਂ ਸਾਰਾ ਦਿਨ ਸਾਰਾ ਦਿਨ, ਅੱਖੀਆਂ ਦੇ ਸਾਹਮਣੇ ਉਹਨੂੰ ਰੱਖਦਾ ਹਾਂ ਸਾਰਾ ਦਿਨ ਸਾਰਾ ਦਿਨ, ਠੀਕ ਹੈ ਜੀ। ਉਹ ਆਪਾਂ ਹੁਣ ਪਾ ਤੋਂ ਸਟਾਰਟ ਕਰਾਂਗੇ, ਅੱਖੀਆਂ ਦੇ, ਅੱਖੀਆਂ ਪਾ ਐਂਡ ਕੋਮਲ ਨੀ, ਅੱਖੀਆਂ ਦੇ ਸਾਹਮਣੇ ਉਹਨੂੰ ਰੱਖਦਾ ਹਾਂ ਸਾਰਾ ਦਿਨ ਸਾਰਾ ਦਿਨ, ਨਜ਼ਰਾਂ ਨਾਲ ਮੁਖੜਾ ਉਹਦਾ ਜਪਦਾ ਹਾਂ ਸਾਰਾ ਦਿਨ ਸਾਰਾ ਦਿਨ, ਠੀਕ ਹੈ ਜੀ। ਆ ਹੋ ਗਿਆ ਉਹ ਭਾਈ, ਤੁਹਾਨੂੰ ਮੈਂ ਉੱਪਰ ਉੱਪਰ ਇਹਦੀਆਂ ਸਰਗਮਾਂ ਲਿਖੀ ਜਾਂਦਾ, ਇੱਕ ਕਾਪੀ ਲੈ ਲਓ ਉਹਦੇ 'ਤੇ ਆਹ ਲਿਖ ਲਓ, ਠੀਕ ਹੈ ਜੀ, ਨਾਲ ਤੁਹਾਨੂੰ ਵੀ ਯਾਦ ਰਹੂਗਾ। ਹੁਣ ਜੋ ਇਸ ਤੋਂ ਅੱਗੇ ਆਉਂਦਾ ਰੱਬਾ ਵੇ, ਸਾਰਿਆਂ ਨਾਲੋਂ ਮੁਸ਼ਕਿਲ ਪਾਰਟ ਹੈ, ਕਾਫੀ ਵੀਰ ਨੂੰ ਘੱਟ ਪਤਾ ਸੀਗਾ, ਠੀਕ ਹੈ ਜੀ। ਉਹ ਹੁਣ ਕਿੱਦਾਂ ਪਲੇ ਹੋਊਗਾ, ਰੱਬਾ ਵੇ, ਠੀਕ ਹੈ ਜੀ, ਰੱਬਾ ਵੇ, ਜੋ ਉਹਦੇ ਵਿੱਚ ਆਪਾਂ ਕੋਮਲ ਨੀ ਵੀ ਲਾਉਣੀ ਮੰਦਰ ਸਪਤਕ ਦੀ, ਰੱਬਾ ਵੇ, ਰੱਬਾ ਵੇ, ਰੱਬਾ ਵੇ, ਇੰਨਾ ਹੋ ਗਿਆ ਰੱਬਾ ਵੇ, ਰੱਬਾ ਵੇ, ਠੀਕ ਹੈ ਜੀ। ਜੋ ਹੁਣ ਅੱਗੇ ਜੋ ਰੱਬਾ ਉਹ ਥੋੜ੍ਹਾ ਜਿਹਾ ਉਹਦੇ ਵਿੱਚ ਜ਼ਿਆਦਾ ਸਰਗਮ ਲੱਗਣਗੀਆਂ, ਇਹ ਸਰਗਮਾਂ ਰੱਬਾ ਵੇ, ਰੱਬਾ ਵੇ, ਠੀਕ ਹੈ ਜੀ। ਰੇ ਸਾ ਕੋਮਲ ਨੀ, ਫਿਰ ਰੇ ਪਾ ਫਿਰ ਮਾ, ਠੀਕ ਹੈ ਜੀ, ਰੱਬਾ ਵੇ, ਜੋ ਵੇ ਆ ਉਹ ਵੀ ਮਾਂ 'ਤੇ ਆਊਗਾ, ਠੀਕ ਹੈ ਜੀ। ਆ ਆਪਣਾ ਕੋਮਲ ਮਾਂ, ਆਪਣਾ ਤੀਬਰ ਮਾਂ, ਠੀਕ ਹੈ ਜੀ। ਵੇ ਰੱਬਾ, ਜੋ ਉਸ ਤੋਂ ਨੈਕਸਟ ਰੱਬਾ, ਰੱਬਾ ਵੇ, ਠੀਕ ਹੈ ਜੀ। ਜੋ ਰੱਬਾ ਉਹਦੇ ਵਿੱਚ ਚਾਰ ਸਰ ਚਾਰ ਸੁਰ ਲੱਗਣੇ, ਰੱਬਾ ਰੇ ਸੋਰੀ ਪਾ ਕੋਮਲ ਨੀ ਐਂਡ ਤਾਰ ਸਪਤਕ ਦਾ ਜੋ ਰੇ ਆ ਐਂਡ ਤਾਰ ਸਪਤਕ ਦਾ ਸਾ, ਰੱਬਾ ਵੇ, ਰੱਬਾ ਵੇ, ਠੀਕ ਹੈ ਜੀ। ਇਹ ਸਾਨੂੰ ਵੈਸੇ ਔਖਾ ਪਾਠ ਸੀਗਾ, ਬਿਕੋਜ਼ ਮੈਨੂੰ ਮੋਸਟਲੀ ਵਿਊਜ਼ ਨੇ ਕਿਹਾ ਕਿ ਅਸੀਂ ਸਾਰਾ ਸੌਂਗ ਕੱਢ ਲਿਆ, ਸਾਡੇ ਤੋਂ ਇਕੱਲਾ ਆਹ ਹੀ ਨਹੀਂ ਨਿਕਲਿਆ, ਠੀਕ ਹੈ ਜੀ। ਸੋ ਇਹ ਇੱਦਾਂ ਪਲੇ ਹੋਊਗਾ ਰੱਬਾ ਵੇ, ਸੋ ਜੋ ਮੋਸਟ ਇੰਪੋਰਟੈਂਟ ਆ ਇਹ, ਇਹਨੂੰ ਅਲੱਗ ਕਿਤੇ ਕਾਪੀ ਵਗੈਰਾ 'ਤੇ ਤੁਸੀਂ ਲਿਖ ਲਓ, ਠੀਕ ਹੈ ਜੀ, ਸਰਗਮਾਂ ਨੂੰ। ਅਤੇ ਬਾਕੀ ਇਹਦੇ ਸਾਰੇ ਜੋ ਹੋਰ ਵੀ ਪੈ ਰਿਹਾ ਉਹ ਇੱਦਾਂ ਹੀ ਸਾਰੇ ਪਲੇ ਹੋਣਗੇ, ਹਾਂ।
ਠੀਕ ਹੈ ਜੀ, ਇੱਦਾਂ ਸੌਂਗ ਪਲੇ ਹੋਣਾ ਗਾ। ਐਂਡ ਜੇ ਕਿਸੇ ਹੋਰ ਵੀ ਵਿਊਜ਼ ਨੂੰ ਕੋਈ ਹੋਰ ਸੌਂਗ ਦੇ ਵਿੱਚ ਕੋਈ ਵੀ ਦਿੱਕਤ ਲੱਗੀ ਹੋਵੇ ਦੈਨ ਪਲੀਜ਼ ਮੈਨੂੰ ਦੱਸੋ, ਠੀਕ ਹੈ ਜੀ, ਆਪਾਂ ਜ਼ਰੂਰ ਸੋਲਵ ਕਰਾਂਗੇ। ਐਂਡ ਜੇ ਤੁਹਾਨੂੰ ਮੇਰੀ ਵੀਡੀਓ ਲਾਈਕ ਸੋਰੀ ਵਧੀਆ ਲੱਗੀ ਦੈਨ ਉਹਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਚੈਨਲ ਮੇਰਾ ਸਬਸਕ੍ਰਾਈਬ ਤਾਂ ਤੁਸੀਂ ਹੁਣ ਕਰ ਹੀ ਦਿਓਗੇ। ਐਂਡ ਥੈਂਕ ਯੂ ਵੈਰੀ ਮੱਚ ਮੇਰੀ ਵੀਡੀਓ ਦੇਖਣ ਲਈ, ਮੇਰੇ ਨਾਲ ਇੱਦਾਂ ਹੀ ਜੁੜੇ ਰਹੋ, ਮੈਨੂੰ ਇੱਦਾਂ ਹੀ ਸਪੋਰਟ ਕਰਦੇ ਰਹੋ। ਥੈਂਕ ਯੂ।